सब इकट्ठे होए
ਜਾਸਨ ਵਾਟ ਬਣਾਇਆ ਗੁਰਮੁਖ ਲਾਵਾ ਲੈ ਗਏ ਮਨਮੁਖ ਚੱਲੇ ਨੂੰ ਸਭ ਸਬਜ਼ੀਆਂ ਲਾਹ ਲੈਣ ਵਾਲੇ ਕੌਣ ਹੁੰਦੇ ਨੇ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਇੱਕ ਨਾ ਨੂੰ ਸਭ ਸੋਝੀ ਆਈ ਜੇ ਸੋਝੀ ਆ ਜਾਏ ਤਾਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਲਾਭ ਲਿਆ ਜਾ ਸਕਦਾ ਜੇ ਸੋਝੀ ਨਾ ਆਵੇ ਮਨੁੱਖ ਨੂੰ ਐਸੇ ਮਨੁੱਖ ਨੂੰ ਕੀ ਆਖਦੇ ਨੇ ਇੱਕ ਫਿਰ ਦੇ ਬੇਪਰਵਾਹ ਤੇ ਜਿਹੜੇ ਬੇਪਰਵਾਹ ਫਿਰਦੇ ਨੇ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਉਹ ਕਹਿੰਦੇ ਚਲੋ ਅਸੀਂ ਕੀ ਲੈਣਾ ਜੀ ਜਿੱਦਾਂ ਚੱਲਦਾ ਚੱਲਣ ਦੇ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਕੀ ਲੈਣਾ ਜੀ ਵੀ ਜੇ ਅਸੀਂ ਕੁਛ ਨਹੀਂ ਲੈਣਾ ਕਿਉਂ ਯਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕੀ ਲੈਣਾ ਸੀ ਸਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਸੀਂ ਕੀ ਦਿੰਦੇ ਹਾਂ ਉਹਨਾਂ ਨੂੰ ਕਦੇ ਸੋਚਿਆ ਤੁਸੀਂ ਜਿਹਨਾਂ ਸਾਡੇ ਵਾਸਤੇ ਬੱਚੇ ਛੋਟੇ ਛੋਟੇ ਮਾਸੂਮ ਬੱਚੇ ਕੁਰਬਾਨ ਕੀਤੇ ਨੇ ਅਸੀਂ ਕੀ ਦਿੰਦੇ ਹਾਂ ਉਹਨਾਂ ਨੂੰ ਸਾਡੇ ਕੋਲੋਂ ਕੀ ਲੈਣਾ ਸੀ ਉਹਨਾਂ ਨੇ ਸਿੱਖ ਇਤਿਹਾਸ ਦੇ ਵਰਗੇ ਫਲੋੜ ਕੇ ਵੇਖੋ ਜਰਾ ਸਤਿਗੁਰੂ ਜੀ ਦੀ ਬਾਣੀ ਦੇ ਪਵਿੱਤਰ ਸ਼ਬਦ ਦੀਆਂ ਥੋੜ੍ਹੀਆਂ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਸ਼ੁਰੂਆਤ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ ਹੋਂ ਗੁਸਾਈ ਦਾ ਪਹਿਲਵਾਨੜਾ ਮਾਲਕ ਨੇ ਸਾਨੂੰ ਇਸ ਰੰਗ ਅਖਾੜੇ ਵਿੱਚ ਪਹਿਲਵਾਨ ਬਣਾ ਕੇ ਭੇਜਿਆ ਹੁਣ ਪਹਿਲਵਾਨ ਜਿਸ ਰੰਗ ਅਖਾੜੇ ਵਿੱਚ ਜਾਂਦੇ ਨੇ ਤੁਸੀਂ ਦੇਖੋ ਉਹ ਆਪਣੇ ਰੰਗ ਵਿੱਚ ਰੰਗੇ ਹੋਏ ਖੁੱਲ ਕੇ ਆਪਣੀ ਜਾਨ ਲਾਉਂਦੇ ਨੇ ਤੇ ਸਤਿਗੁਰੂ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ ਤੇ ਗੁਰੂ ਨੇ ਕੀ ਕੀਤਾ ਕਿਰਪਾ ਕੀਤੀ ਕਹਿੰਦੇ ਮੈਂ ਗੁਰਮਿਲ ਉੱਚ ਦੁਮਾਲੜਾ ਗੁਰੂ ਨੇ ਕਿਰਪਾਲਤਾ ਕੀਤੀ ਮੇਰਾ ਦੁਮਾਲਾ ਉੱਚਾ ਕਰ ਦਿੱਤਾ ਸਭ ਹੋਈ ਛਿੰਝ ਇਕੱਠੀਆ ਦਏ ਬੈਠਾ ਵੇਖੇ ਆਪ ਜੀਓ ਕਹਿੰਦੇ ਇਸ ਸੰਸਾਰ ਦੀ ਛਿੰਝ ਇਕੱਠੀ ਹੋਈ ਹੈ ਆਤਮ ਚ ਬਹਿ ਕੇ ਸਭ ਕੁਝ ਵੇਖ ਰਹੇ ਆ ਅਗਲੀਆਂ ਪੰਕਤੀਆਂ ਵਾਤ ਵਜਨ ਟਮਕ ਭੇੜੀਆਂ ਜਿਸ ਵਕਤ ਅਖਾੜੇ ਦੇ ਵਿੱਚ ਪਹਿਲਵਾਨ ਆਉਂਦੇ ਨੇ ਨਾ ਢੋਲ ਵੱਜ ਰਹੇ ਹੁੰਦੇ ਨੇ ਡਗੇ ਲਗਾਏ ਜਾਂਦੇ ਨੇ ਤੇ ਮਲ ਕੀ ਕਰਦੇ ਨੇ ਪਹਿਲਵਾਨ ਕੀ ਕਰਦੇ ਨੇ ਉਹ ਆ ਕੇ ਅਖਾੜੇ ਦੇ ਵਿੱਚ ਫੇਰੇ ਲੈਂਦੇ ਨੇ ਚਾਲ ਚ ਫਿਰ ਜਿਹਨਾਂ ਨੇ ਕੁਸ਼ਤੀਆਂ ਵੇਖੀਆਂ ਨੇ ਇਹ ਬਨਾਵਟੀ ਜਿਹੀਆਂ ਕੁਸ਼ਤੀਆਂ ਤਾਂ ਉਹ ਵੀ ਵੇਖਣ ਨੂੰ ਮਿਲ ਜਾਂਦੀਆਂ ਨੇ ਪਰ ਅਸੀਂ ਵੀ ਕੁਸ਼ਤੀਆਂ ਜਿਹਨਾਂ ਵੇਖੀਆਂ ਨੇ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਅਗਲੀ ਪੰਕਤੀ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਕਹਿੰਦੇ ਮੈਂ ਇਕੱਲਾ ਸਾਂ ਉਹ ਪੰਜ ਸਨ ਮੇਰੇ ਸਾਹਮਣੇ ਮੈਨੂੰ ਕੱਲਿਆਂ ਨੂੰ ਪੰਜਾਂ ਨੇ ਘੇਰਾ ਪਾਇਆ ਤੇ ਕਹਿੰਦੇ ਮੇਰੇ ਮਾਲਕ ਨੇ ਕੀ ਕੀਤਾ ਮੇਰੀ ਪਿੱਠ ਦੇ ਉੱਤੇ ਮੇਰੀ ਥਾਪੀ ਦਿੱਤੀ ਜਿਹੜੇ ਸ਼ਗਿਰਦ ਕਿਸੇ ਵੇਲੇ ਪਹਿਲਾਂ ਜਿਹੜੇ ਨੇ ਨਾ ਪਹਿਲਵਾਨ ਜਦੋਂ ਲੜਨ ਵਾਸਤੇ ਘੁੰਡਣ ਵਾਸਤੇ ਜਾਂਦੇ ਨੇ ਅਖਾੜਿਆਂ ਵਿੱਚ ਉਹ ਕੀ ਕਰਦੇ ਨੇ ਉਹ ਆਪ ਪਹਿਲਾਂ ਨਹੀਂ ਜਾਂਦੇ ਉਹ ਆਪਣੇ ਸ਼ਗਿਰਦਾਂ ਨੂੰ ਪਹਿਲਾਂ ਭੇਜਦੇ ਨੇ ਵੀ ਜਾ ਪਹਿਲਾਂ ਤੂੰ ਅਖੀਰ ਤੇ ਆਪਣੇ ਆਪ ਨੂੰ ਰੱਖਦੇ ਤੇ ਸਤਿਗੁਰ ਜੀਵਨ ਵਾਜ ਪਾਤਸ਼ਾਹ ਜੀ ਬਿਲਕੁਲ ਨਕਸ਼ਾ ਬਣਦੇ ਨੇ ਕਹਿੰਦੇ ਨੇ ਮਾਲਕ ਨੇ ਕੀ ਕੀਤਾ ਮਾਲਕ ਨੇ ਮਿਹਰ ਕੀਤੀ ਤੇ ਜਦੋਂ ਜਿਹੜੇ ਸਿਖੰਦ ਨੂੰ ਜਿਹੜੇ ਜਾਂਦੇ ਨੇ ਨਾ ਪਹਿਲਵਾਨ ਪਹਿਲਾਂ ਸਿੱਖਣ ਵਾਲੇ ਜਿਹੜੇ
ਤੇ ਉਹ ਜਾਣ ਲੱਗਿਆ ਆਪਣੇ ਉਸਤਾਦ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਪਹਿਲਾਂ ਉਹਦੇ ਕੋਲ ਜਾਂਦੇ ਨੇ, ਉਹਦੇ ਜਾ ਕੇ ਪੈਰੀ ਹੱਥ ਲਾਉਂਦੇ ਨੇ। ਉਹ ਕਹਿੰਦਾ ਜਾ ਬੱਚੇ ਜਾ। ਤੇ ਮੇਰੇ ਮਾਲਕ ਜੀ ਕੀ ਆਖਦੇ ਨੇ, ਵਾਦ ਵਚਨ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ। ਤੇ ਕਹਿੰਦੇ ਮਾਲਕ ਨੇ ਕੀ ਕੀਤਾ, ਮਾਲਕ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਤੇ ਮੇਰੇ ਸ਼ੀਸ਼ ਤੇ ਹੱਥ ਰੱਖਿਆ, ਕਹਿੰਦੇ ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਦੀ। ਮੇਰੇ ਮਾਲਕ ਨੇ ਕਿਰਪਾ ਕੀਤੀ ਮੇਰੀ ਪਿੱਠ ਦੇ ਉੱਤੇ, ਕੰਢ ਦੇ ਉੱਤੇ ਕੱਢ ਕੇ ਪਿੱਠ ਨੂੰ, ਮੇਰੀ ਪਿੱਠ ਦੇ ਉੱਤੇ ਮਾਲਕ ਨੇ ਹੱਥ ਰੱਖਿਆ, ਮੈਨੂੰ ਥਾਪੀ ਦਿੱਤੀ ਕੰਢ ਕੇ ਜਾ ਜਵਾਨਾ ਅੱਗੇ ਹੋ। ਅਗਲੀਆਂ ਪੰਕਤੀਆਂ ਵਾਲੇ ਪਾਸੇ ਧਿਆਨ ਦੇਣਾ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਭ ਇਕੱਠੇ ਹੋਏ ਆਇਆ, ਇੱਕ ਪਰਿਵਾਰ ਦੇ ਵਿੱਚ ਜੀ ਕਿੱਥੋਂ ਕਿੱਥੋਂ ਆਉਂਦੇ ਨੇ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ। ਭੈਣ ਕਿੱਥੋਂ ਆਈ ਹੈ, ਭਰਾ ਕਿੱਥੋਂ ਆਇਆ, ਪੁੱਤਰ ਕਿੱਥੋਂ ਆਇਆ, ਧੀ ਕਿੱਥੋਂ ਆਈ ਹੈ, ਕਿਸੇ ਨੂੰ ਪਤਾ ਇਸ ਗੱਲ ਦਾ? ਕੋਈ ਨਹੀਂ ਜਾਣਦਾ। ਮੇਰੀ ਭੈਣ ਬਾਰੇ ਮੈਨੂੰ ਨਹੀਂ ਪਤਾ ਉਹ ਕਿੱਥੋਂ ਆਈ ਸੀ, ਮੇਰੇ ਭਰਾਵਾਂ ਬਾਰੇ ਮੈਨੂੰ ਨਹੀਂ ਪਤਾ ਉਹ ਕਿੱਥੋਂ ਆਏ ਨੇ, ਪਰ ਅਸੀਂ ਜਦੋਂ ਤੋਂ ਇਕੱਠੇ ਹੋਏ ਹਾਂ ਇੱਕ ਥਾਂ ਦੇ ਉੱਤੇ, ਤੇ ਫਿਰ ਅਸੀਂ ਭੈਣ ਵੀ ਹਾਂ ਭਰਾ ਵੀ ਹਾਂ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਸਭ ਇਕੱਠੇ ਹੋਏ ਆਇਆ, ਇੱਕ ਪਰਿਵਾਰ ਵਿੱਚ ਆ ਗਏ, ਸਾਰਿਆਂ ਦਾ ਇੱਕ ਪਰਿਵਾਰ ਦੇ ਵਿੱਚ ਨਿਵਾਸ ਹੋ ਗਿਆ। ਅਗਲੀਆਂ ਪੰਕਤੀਆਂ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਘਰ ਜਸ ਨੂੰ ਵਾਟ ਵਟਾਇਆ, ਹੁਣ ਸਭ ਨੇ ਆਪਣੇ ਆਪਣੇ ਘਰ ਵੀ ਜਾਣਾ, ਮੁੜ ਕੇ ਜਿੱਥੋਂ ਆਏ ਹਾਂ ਉੱਥੇ ਵਾਪਸ ਵੀ ਤੇ ਜਾਣਾ। ਹੁਣ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਆਏ ਆਉਂਦਿਆਂ ਸਾਰੇ ਇਕੱਠੇ ਹੋ ਗਏ, ਪਰਿਵਾਰ ਬਣ ਗਿਆ। ਹੁਣ ਕਹਿੰਦੇ ਨੇ ਪਰਿਵਾਰ ਵਿੱਚੋਂ ਇੱਕ ਇੱਕ ਕਰਕੇ ਹਰ ਇੱਕ ਨੇ ਜਾਣਾ ਵੀ ਹੈ। ਕਹਿੰਦੇ ਸਭ ਇਕੱਠੇ ਹੋਏ ਆਇਆ, ਘਰ ਜਸਨ ਵਾਟ ਵਟਾਇਆ। ਅਗਲੀਆਂ ਪੰਕਤੀਆਂ ਵਾਲੇ ਪਾਸੇ ਧਿਆਨ ਦੇਣਾ, ਜਿਹੜੀਆਂ ਮੈਂ ਮੂਲ ਰੂਪ ਪੜ੍ਹ ਰਿਹਾ ਸਾਂ। ਕਹਿੰਦੇ ਨੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਤੇ ਲਾਭ ਲੈਣ ਵਾਲੇ ਕੌਣ ਹੁੰਦੇ ਨੇ, ਜਿਹਨਾਂ ਨੂੰ ਸੋਝੀ ਆਵੇ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਮੈਂ ਬੇਨਤੀ ਕਰ ਰਿਹਾ ਸਾਂ, ਹੁਣੀ ਥੋੜ੍ਹੀ ਦੇਰ ਪਹਿਲਾਂ ਫਿਊਨਰਲ ਹੋਮ ਦੇ ਉੱਤੇ ਪਰਮਜੀਤ ਸਿੰਘ ਨਾਮ ਦੇ ਹਜ਼ਾਰਾਂ ਬੰਦੇ ਤੁਹਾਨੂੰ ਮਿਲ ਜਾਣਗੇ, ਹਜ਼ਾਰਾਂ ਬੰਦੇ, ਦੋ ਚਾਰ ਛੇ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਮਿਲ ਜਾਣਗੇ। ਬੜੇ ਲਿਆਕਤ ਵਾਲੇ ਵੀ ਹੋਣਗੇ, ਅਸੀਂ ਵੀ ਨਹੀਂ ਵੀ ਮੈਂ ਸਾਰੇ ਕੁਛ ਸਾਰੇ ਲਿਆਕਤ ਤੋਂ ਬਗੈਰ, ਬੜੀ ਬੜੀ ਲਿਆਕਤ ਵਾਲੇ ਵੀ ਹੋਣਗੇ, ਬੜੇ ਅੱਛੇ ਵਿਚਾਰਾਂ ਵਾਲੇ ਹੋਣਗੇ, ਪਰ ਜੋ ਮਾਲਕ ਦੀ ਮਿਹਰ, ਜੋ ਮਾਲਕ ਦੀ ਰਹਿਮਤ, ਜੋ ਮਾਲਕ ਦੀ ਖੁਸ਼ੀ, ਤੇ ਜੋ ਮਾਲਕ ਨਾਲ ਪਿਆਰ ਜਿਸ ਬੰਦੇ ਦਾ, ਜਿਸ ਐਸ ਪਰਮਜੀਤ ਸਿੰਘ ਦਾ ਸੀ, ਤੁਹਾਨੂੰ ਇਹੋ ਮਿਲੇਗਾ, ਹੋਰ ਨਹੀਂ ਮਿਲੇਗਾ। ਧਿਆਨ ਮਾਰੋ ਇਤਿਹਾਸ ਦੇ ਪੰਨਿਆਂ ਵਾਲੇ ਪਾਸੇ। ਸ਼ਾਬੇਕ ਸਿੰਘ, ਸ਼ਾਬਾਜ ਸਿੰਘ ਤੇ ਸੁਬੇਕ ਸਿੰਘ ਪਿਓ ਦੇ ਪੁੱਤਰ ਨੇ ਦੋ, 1745 ਜ਼ਕਰੀਆ ਖਾਨ ਦਾ ਸਮਾਂ, ਇਤਿਹਾਸ ਦੇ ਵਿਦਿਆਰਥੀ ਜਾਣਦੇ ਨੇ। ਭਾਈ ਸੁਰੇਖ ਸਿੰਘ ਜੀ ਉਸ ਵਕਤ ਜ਼ਕਰੀਆ ਖਾਨ ਦੀ ਉਸ ਸੂਬੇਦਾਰੀ ਦੇ ਵਿੱਚ ਬੜੇ ਸਰਕਰਦਾ ਸਿੱਖ ਸਨ, ਸਰਕਾਰੀ ਦਰਬਾਰੇ ਉਹਨਾਂ ਦੀ ਬੜੀ ਪਹੁੰਚ ਸੀ। ਇੱਥੋਂ ਤਾਈਂ ਕਿ ਭਾਈ ਸੁਰੇਖ ਸਿੰਘ ਜੀ ਨੂੰ ਜ਼ਕਰੀਆ ਖਾਨ ਨੇ ਲਾਹੌਰ ਦਾ ਕੋਤਵਾਲ ਵੀ ਨਿਯਤ ਕੀਤਾ ਹੋਇਆ ਸੀ, ਬੜੀ ਵੱਡੀ ਉਸ ਵਕਤ ਦੀ ਪਦਵੀ ਭਾਈ ਸੁਰੇਖ ਸਿੰਘ ਨੂੰ ਮਿਲੀ ਹੋਈ ਸੀ। ਉੱਧਰ ਸਰਕਾਰ ਦੇ ਵਿੱਚ ਇਤਨਾ ਵੱਡਾ ਰੁਤਬਾ ਹੈ, ਪਰ ਦੂਜੇ ਪਾਸੇ ਆਪਣੇ ਭਰਾਵਾਂ ਦੇ ਨਾਲ ਪੂਰਾ ਪਿਆਰ ਹੈ। ਉੱਧਰ ਪਿਆਰ, ਉਸ ਪਿਆਰ ਨੂੰ ਕਿਸੇ ਵੇਲੇ ਫਿੱਕਿਆ ਨਹੀਂ ਪੈਣ ਦਿੱਤਾ, ਹਰ ਤਰ੍ਹਾਂ ਦੇ ਨਾਲ ਮਦਦ ਕੀਤੀ, ਹਰ ਪ੍ਰਕਾਰ ਦੇ ਨਾਲ ਸਿੱਖ ਕੌਮ ਦਾ। ਤੇ ਉਸ ਵਕਤ ਜਿਸ ਵਕਤ ਬਹੁਤ ਬੇਚੈਨੀ ਦਾ ਸਮਾਂ ਬੀਤ ਰਿਹਾ ਸੀ, ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਜੀ ਨੂੰ ਨਵਾਬੀ ਦੇ ਕੇ ਅੰਮ੍ਰਿਤਸਰ ਸਾਹਿਬ ਭੇਜਿਆ ਸੀ,
ਵੀ ਸਿੱਖਾਂ ਦੇ ਨਾਲ ਮੈਂ ਸੁਲਾ ਸਫਾਈ ਦੇ ਨਾਲ ਰਹਿਣਾ ਚਾਹੁੰਦਾ ਵੀ ਜਾ ਕੇ ਆ ਨਵਾਬੀ ਇਹ ਖਿਲਤ 1 ਲੱਖ ਦੀ ਜਦਾਦ ਕੁਝ ਖਿਲਤ ਅਤੇ ਨਵਾਬੀ ਦਾ ਖਿਤਾਬ ਦੇ ਕੇ ਭਾਈ ਸੁਖਦੇਵ ਸਿੰਘ ਜੀ ਨੂੰ ਉੱਥੇ ਮਿਲਿਆ। ਵਕਤ ਬਦਲ ਗਿਆ, ਜ਼ਕਰੀਆ ਖਾਨ ਇਸ ਦੁਨੀਆ ਤੋਂ ਚਲਾ ਗਿਆ। ਉਹਦੇ ਚਲੇ ਜਾਣ ਦੇ ਨਾਲ ਹੀ ਵਕਤ ਨੇ ਕਰਵਟ ਖਾਧੀ, ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣ ਗਿਆ। ਹੁਣ ਜੋ ਵਿਚਾਰ ਉਸ ਵਕਤ ਜ਼ਕਰੀਆ ਖਾਨ ਦੇ ਸਨ, ਯਹੀਆ ਖਾਨ ਦੇ ਵਿਚਾਰ ਬਿਲਕੁਲ ਉਸ ਤੋਂ ਵੱਖਰੇ ਸਨ। ਹਾਲਾਂਕਿ ਜ਼ਕਰੀਆ ਖਾਨ ਨੇ ਵੀ ਕੋਈ ਘਟਨਾ ਨਹੀਂ ਸੀ ਗੁਜ਼ਾਰੀ। ਉਸਨੂੰ ਜਿਸ ਵਕਤ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੇਰਾ ਜਿਤਨਾ ਜ਼ੁਲਮ ਮੈਂ ਕਰ ਬੈਠਾ ਔਰ ਕਰ ਰਿਹਾ ਮੇਰੀ ਪੇਸ਼ ਨਹੀਂ ਜਾਂਦੀ, ਤੇ ਉਹ ਉਸਨੇ ਮਜਬੂਰੀ ਬਸ ਹੋ ਕੇ ਸੁਲਾਹ ਕੀਤੀ ਸੀ, ਮਜਬੂਰੀ ਬਸ ਹੋ ਕੇ, ਹਾਲਾਂਕਿ ਉਸਨੇ ਬਹੁਤ ਜ਼ੁਲਮ ਕੀਤੇ ਸਨ। ਵਕਤ ਬਦਲਿਆ, ਸਮੇਂ ਦੇ ਬਦਲਣ ਦੇ ਨਾਲ ਯਹੀਆ ਖਾਨ ਦਾ ਜਿਹੜਾ ਮਨ ਦਾ ਮਨਸੂਬਾ ਸੀ ਅੰਦਰੋਂ, ਕਿਉਂਕਿ ਸੁਬੇਗ ਸਿੰਘ ਜੀ ਅਰਬੀ ਫਾਰਸੀ ਦੇ ਬਹੁਤ ਆਲਮ ਫਾਜ਼ਿਲ ਸਨ, ਬਹੁਤ ਬਹੁਤ ਇੰਟੈਲੈਕਚੁਅਲ ਬੰਦੇ ਸਨ। ਸੂਬੇਦਾਰ ਦੀ ਕਚਹਿਰੀ ਸਭ ਤੋਂ ਉੱਤਮ ਪਦਵੀ ਦੇ ਉੱਤੇ ਉਹ ਸਨ, ਵਜ਼ੀਰ ਸਨ। ਖੈਰ ਮੈਂ ਲੰਬੀ ਸਾਥੀ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਹੋਰ ਵੀ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਯਹੀਆ ਖਾਨ ਨੇ ਬਹਾਨਾ ਬਣਾ ਕੇ ਦੋਨਾਂ ਨੂੰ ਪਕੜ ਲਿਆ, ਕੈਦ ਵਿੱਚ ਬੰਦ ਨੇ। ਸ਼ਾਹਬਾਜ਼ ਸਿੰਘ, ਸੁਵੇਗ ਸਿੰਘ, ਸੁਵੇਗ ਸਿੰਘ ਦਾ ਪੁੱਤਰ ਸ਼ਾਹਬਾਜ਼ ਸਿੰਘ ਹੈ ਜੋ ਕਿ ਬਹੁਤ ਲਿਆਕਤ ਵਾਲਾ ਮੌਲਵੀ ਕੋਲ ਪੜ੍ਹਦਾ ਸੀ, ਬਹਾਨਾ ਬਣਾਇਆ ਗਿਆ ਵੀ ਇਹਨੇ ਤੋਹੀਨ ਕੀਤੀ ਹੈ ਸਲਾਮ ਦੀ। ਇਸ ਬਹਾਨੇ ਦੇ ਨਾਲ ਦੋਵਾਂ ਪਿਓ ਪੁੱਤਰ ਨੂੰ ਪਕੜ ਲਿਆ ਗਿਆ। ਸਜ਼ਾ ਨੀਅਤ ਹੋ ਗਈ, ਬਥੇਰੇ ਲਾਲਚ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ, ਸਭ ਕੁਛ ਕੋਸ਼ਿਸ਼ ਕੀਤੀ ਗਈ ਕਿਸੇ ਤਰ੍ਹਾਂ ਦੇ ਨਾਲ। ਮੈਂ ਅਖੀਰਲੀ ਗੱਲ ਤੇ ਆਉਣਾ ਚਾਹੁੰਦਾ, ਉਸ ਵਕਤ ਜਿਸ ਵਕਤ ਚਰਖੜੀ ਤੇ ਚਾੜਨ ਵਾਸਤੇ ਉਹਨਾਂ ਨੇ ਦੋਵਾਂ ਪਿਓ ਪੁੱਤਰ ਨੂੰ ਸਾਹਮਣੇ ਖੜਾ ਕੀਤਾ, ਤੇ ਉਸ ਵਕਤ ਇੱਕ ਲਫ਼ਜ਼ ਆਖਿਆ ਗਿਆ, ਸੁਵੇਗ ਸਿੰਘ ਨੂੰ ਆਖਿਆ ਗਿਆ, ਸੁਵੇਗ ਸਿੰਘ ਤੇਰੇ ਨਾਲ ਸਾਡੀ ਬੜੀ ਦੋਸਤੀ ਹੈ, ਦੋਸਤੀ ਦੇ ਆਲਮ ਵਿੱਚ ਅਸੀਂ ਸਮਾਂ ਗੁਜ਼ਾਰਿਆ, ਇਸ ਕਰਕੇ ਅਸੀਂ ਚਾਹੁੰਦੇ ਹਾਂ ਇਹ ਦੋਸਤੀ ਉਸੇ ਤਰ੍ਹਾਂ ਸਾਡੀ ਬਣੀ ਰਹੇ। ਪਰ ਉਸਨੇ ਆਖਿਆ ਮੈਂ ਆਪਣੇ ਸਿੱਖ ਧਰਮ ਦੇ ਖਿਆਲਾਂ ਤੋਂ ਉਲਟ ਹੋ ਕੇ ਦੋਸਤੀ ਨੂੰ ਨਹੀਂ ਪਾਲਣਾ ਚਾਹੁੰਦਾ, ਮੈਨੂੰ ਆਹ ਦੋਸਤੀ ਨਹੀਂ ਪਾਲਣਾ। ਜੇ ਆਖੋ ਕਿ ਮੈਂ ਆਪਣੇ ਸਿੱਖ ਧਰਮ ਦੇ ਜਿਹੜੇ ਖਿਆਲ ਨੇ ਉਹਨਾਂ ਨੂੰ ਛੱਡ ਕੇ ਤੁਹਾਡੇ ਨਾਲ ਦੋਸਤੀ ਪਾਲਾਂ, ਉਹ ਨਹੀਂ ਹੋ ਸਕਦਾ। ਸਿੱਖ ਕਿਸੇ ਦਾ ਵੈਰੀ ਨਹੀਂ, ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜਾਂ ਤਾਂ ਦੱਸੋ ਕਿੱਥੇ ਅਸੀਂ ਕਿਸੇ ਨਾਲ ਨਫ਼ਰਤ ਕਰਦੇ ਹਾਂ, ਕਿਸੇ ਨਾਲ ਵੈਰ, ਸਾਡੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਸਾਡਾ ਆਪਣਾ ਅਕੀਦਾ, ਤੁਹਾਡਾ ਆਪਣਾ ਅਕੀਦਾ, ਤੁਸੀਂ ਆਪਣੇ ਅਕੀਦੇ ਪਾਲੋ, ਅਸੀਂ ਆਪਣੇ ਅਕੀਦੇ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੀਏ। ਕਹਿੰਦੇ ਨੇ ਫਿਰ ਉਹਨੇ ਇੱਕ ਰਤਨ ਸਿੰਘ ਜੀ ਭੰਗੂ ਪੰਥ ਪ੍ਰਕਾਸ਼ ਦੇ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਜੀ ਭੰਗੂ, ਉਹ ਲਫ਼ਜ਼ ਲਿਖਦੇ ਨੇ, ਕਹਿੰਦੇ ਨੇ ਭਾਈ ਸੁਵੇਦ ਸਿੰਘ ਜੀ ਨੂੰ ਆਖਣ ਲੱਗਾ, ਕਹਿਣ ਲੱਗਾ ਤੂੰ ਆਪਣੀ ਕੁੱਲ ਬਚਾ ਲੈ, ਕੁੱਲ ਬਚਾ ਲੈ। ਡਾਕਟਰ ਪਰਮਜੀਤ ਸਿੰਘ ਜੀ ਰਾਵਤ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਇੱਕ ਸਿਧਾਂਤ ਕਰਕੇ, ਕਿਸੇ ਸਿਧਾਂਤ ਦੇ ਉੱਤੇ ਕਹਿਣ ਲੱਗੇ ਤੂੰ ਆਪਣੀ ਕੁੱਲ ਬਚਾ ਲੈ, ਤੇ ਜਿਹੜੇ ਲਫ਼ਜ਼ ਮੋੜ ਕੇ ਜਵਾਬ ਦਿੱਤੇ ਨੇ ਨਾ ਭਾਈ ਸੁਰੇਖ ਸਿੰਘ ਜੀ ਨੇ, ਬਸ ਉਹ ਦੋ ਪੰਕਤੀਆਂ ਮੈਂ ਤੁਹਾਨੂੰ ਨਾਲ ਸਾਂਝੀਆਂ ਕਰਨ ਲੱਗਾ। ਤੇ ਭਾਈ ਸੁਵੇਦ ਸਿੰਘ ਜੀ ਕਹਿਣ ਲੱਗੇ ਹਮਰੇ ਕਾਰਨ ਗੁਰਕੁਲੇ ਗਵਾਈ, ਕਹਿੰਦੇ ਨੇ ਸਾਡੇ ਕਰਕੇ ਦਸਮੇਸ਼ ਪਿਤਾ ਨੇ ਆਪਣੀ ਸਾਰੀ ਕੁੱਲ ਬਾਲ ਦਿੱਤੀ, ਹਮਰੇ ਕਾਰਨ ਗੁਰਕੁਲੇ ਗਵਾਈ, ਹਮ ਕੁੱਲ ਰਾਖੀ ਕਮਨ ਵਡਾਈ। ਕਹਿੰਦੇ ਜੇ ਮੈਂ ਆਪਣੀ ਕੁੱਲ ਨੂੰ ਬਚਾਉਂਦਾ ਫਿਰਦਾ ਕਿਹੜੀ ਵਡਿਆਈ ਵਾਲੀ ਗੱਲ ਹੈ ਵੀ,
ਮੈਨੂੰ ਕੀ ਵਡਿਆਈ ਮਿਲੇਗੀ? ਮੇਰੇ ਕਾਰਨ, ਸਾਡੇ ਕਾਰਨ ਸਾਡੇ ਗੁਰੂ ਨੇ ਆਪਣੀ ਕੁਲ ਵਾਰ ਦਿੱਤੀ ਹੈ ਅਤੇ ਮੈਂ ਆਪਣੀ ਕੁਲ ਪਹੁੰਚਾਉਂਦਾ ਪਹਿਲਾਂ। ਇਸ ਕਰਕੇ ਸਾਨੂੰ ਪ੍ਰਵਾਹ ਨਾਲ ਚੱਲਣੀਆਂ 'ਤੇ ਚੜ੍ਹਨਾ, ਅਸੀਂ ਸੌਦੇਬਾਜ਼ੀ ਨਹੀਂ ਜਾਣਦੇ, ਸੌਦੇਬਾਜ਼ੀ ਸਾਨੂੰ ਨਹੀਂ ਆਉਂਦੀ। ਲੱਖੀ ਸ਼ਾਹ ਬਣਜਾਰੇ ਦੇ ਵਾਰਸੋ ਕਦੇ ਧਿਆਨ ਮਾਰ ਕੇ ਵੇਖਿਆ ਜੇ, ਕਦੇ ਉਸ ਵਕਤ ਨੂੰ ਅੱਖਾਂ ਦੇ ਸਾਹਮਣੇ ਲੈ ਕੇ ਆਉਂਦਾ ਜੇ। 11 ਨੰਬਰ 1675 ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ 3 ਸਿੱਖਾਂ ਦੇ ਸਮੇਤ ਸ਼ਹੀਦ ਕਰ ਦਿੱਤਾ ਗਿਆ, ਹੈਰਾਨ ਕਰ ਦਿੱਤਾ ਸੀ ਸਾਰੇ ਦਿੱਲੀ ਦੇ ਅੰਦਰ ਵੀ ਕੋਈ ਗੁਰੂ ਦਾ ਸਾਧਕ ਸਿੱਖ ਹੋਵੇ ਇਹ ਗੁਰੂ ਦੇ ਧੜ ਨੂੰ ਤੇ ਗੁਰੂ ਦੇ ਸੰਸਕਾਰ ਕਰੇ, ਕਿਉਂਕਿ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀ। ਪਰ ਲੱਖੀ ਸ਼ਾਹ ਬਣਜਾਰਾ ਜੀ ਜੋ ਵਪਾਰੀ ਸਨ ਨਾਲ ਪਿੰਡ, ਅੱਜ ਕੱਲ੍ਹ ਕਿਉਂਕਿ ਦਿੱਲੀ ਅੱਜ ਵਰਗੀ ਥੋੜ੍ਹਾ ਸੀ, ਜਿਵੇਂ ਅੱਜ ਦੀ ਫੈਲਿਆ ਹੋਇਆ ਦਿੱਲੀ ਹੈ, ਕੋਈ ਅੱਜ ਵਰਗਾ ਨਹੀਂ ਸੀ। ਦਿੱਲੀ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ ਰਾਇਲ ਸੀਨਾ, ਉਸ ਪਿੰਡ ਦਾ ਨਾਮ ਜੇ ਜਿੱਥੇ ਰਕਾਬਗੜ੍ਹ ਸਾਹਿਬ ਗੁਰਦੁਆਰਾ ਨਾ, ਉਸ ਪਿੰਡ ਦਾ ਨਾਮ ਜੇ ਰਾਇਲ ਸੀਨਾ। ਇਸ ਪਿੰਡ ਦੇ ਵਿੱਚ ਲੱਖੀ ਸ਼ਾਹ ਬਣਜਾਰੇ ਦਾ ਘਰ ਹੈ, ਸਰਕਾਰੀ ਕੰਟਰੈਕਟਰ ਵੀ ਹੈ। ਗੱਡਿਆਂ ਦੇ ਉੱਤੇ ਲੱਦੀ ਹੋਈ ਰੋਈ ਚਾਂਦਨੀ ਚੌਕ ਵਿੱਚੋਂ ਦੀ ਲੰਘ ਰਹੀ ਹੈ ਤੇ ਗੱਡਿਆਂ ਦੇ ਅੰਤ ਦੇ ਨਾਲ ਗਰਦਾ ਉੱਠਿਆ, ਨੇਰ ਗੁਬਾਰ ਪੈ ਗਿਆ, ਕਿਸੇ ਪਾਸੇ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਤੇ ਲੱਖੀ ਸ਼ਾਹ ਬਣਜਾਰੇ ਨੇ ਮੌਕਾ ਸੰਭਾਲਿਆ। ਅੱਗੇ ਕਹਿਣ ਲੱਗੇ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਨਿਕਲ ਗਏ ਸਨ, ਧੜ ਪਿਆ ਹੋਇਆ। ਭਾਈ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਪੁੱਤਰ ਨਗਾਈਏ ਦੇ ਨਾਲ ਮਿਲ ਕੇ ਉਸ ਧੜ ਨੂੰ ਜਿਤਨਾ ਅਦਬ ਹੋ ਸਕਿਆ ਉਸ ਵਕਤ, ਜਿਸ ਪ੍ਰਕਾਰ ਦਾ ਵੀ ਅਦਬ ਹੋ ਸਕਿਆ, ਸਭ ਤੋਂ ਵੱਡਾ ਅਦਬ ਤੇ ਇਹ ਸੀ ਵੀ ਗੁਰੂ ਸਾਹਿਬ ਦੇ ਧੜ ਨੂੰ ਉੱਥੋਂ ਸੰਸਕਾਰ ਵਾਸਤੇ ਲਿਜਾਇਆ ਜਾਵੇ। ਇਹ ਵੱਡਾ ਵੱਡਾ ਅਦਬ ਸੀ। ਆਪਣੀ ਰੂਈ ਦੇ ਗੰਡਿਆਂ ਦੇ ਵਿੱਚ ਉਸਨੂੰ ਲਪੇਟ ਕੇ ਛੁਪਾ ਲਿਆ। ਹੁਣ ਮਸਲਾ ਆਉਂਦਾ ਕਿ ਇਸ ਦਾ ਜੇ ਕਿਤੇ ਸੰਸਕਾਰ ਕਰਦੇ ਆ, ਸਾਰਾ ਸੰਸਕਾਰ ਕਰਦੇ ਆ ਤੇ ਸਰਕਾਰ ਸਾਰੇ ਪਾਸੇ ਰਾਨ ਕਰਕੇ ਬੈਠੀ ਹੈ, ਕਿਵੇਂ ਹੋ? ਮੈਂ ਇਸ ਕਰਕੇ ਗੱਲਾਂ ਤੁਹਾਨੂੰ ਸੁਣਾ ਰਿਹਾ ਕਿਉਂਕਿ ਕਈਆਂ ਦੇ ਮਨ 'ਚ ਨਾ ਕਈ ਕਿਸਮ ਦੇ ਖਿਆਲ ਨੇ, ਢਿੱਲੇ ਢਿੱਲੇ ਜਿਹੇ ਖਿਆਲ ਜੀ ਨੂੰ, ਉਹ ਜੀ ਕੀ ਲੈਣਾ ਸੀ ਉਹਨੇ, ਐਵੇਂ ਬੱਚੇ ਗਵਾਏ, ਆਪਣੇ ਬੱਚੇ ਵਿਚਾਰੇ ਯਤੀਮ ਹੋ ਗਏ, ਘਰ ਵੀ ਚਲਾ ਗਿਆ, ਕਾਰੋਬਾਰ ਵੀ ਚਲਾ ਗਿਆ, ਆਪ ਵੀ ਵਿਚਾਰਾ ਚਲਾ ਗਿਆ, ਉਹ ਜਾਣਾ ਸਭ ਨੇ, ਅਸੀਂ ਰਹਿਣਾ ਇੱਥੇ, ਕੌਣ ਨਹੀਂ ਜਾਏਗਾ? ਕੋਈ ਐਸਾ ਬੰਦਾ ਹੱਥ ਖੜਾ ਕਰਕੇ ਦੱਸੋ ਮੈਂ ਨਹੀਂ ਜਾਣਾ, ਸਭ ਨੇ ਜਾਣਾ। ਇਹ ਢਿੱਲੀਆਂ ਢਿੱਲੀਆਂ ਜਿਹੀਆਂ ਗੱਲਾਂ ਕਈ ਵਾਰੀ ਕੰਨਾਂ ਨੂੰ ਸੁਣਨ ਨੂੰ ਮਿਲਦੀਆਂ ਨੇ, ਕਈ ਪਾਸੋਂ ਕਈ ਵਾਰੀ ਮਿਲ ਹੀ ਜਾਂਦੀਆਂ ਮਨ 'ਚ, ਕਈਆਂ ਦੇ ਬੁਰੇ ਖਿਆਲ ਆਉਂਦੇ ਨੇ ਵੀ ਜੇ ਉਹ ਨਾ ਕਰਦਾ, ਇਸ ਤਰ੍ਹਾਂ ਨਾ ਕਰਦਾ, ਅਜਿਹਾ ਨਾ ਹੁੰਦਾ। ਪਰ ਤੁਸੀਂ ਆਪਣੀ ਧੁਨ ਦੇ ਵਿੱਚ ਕਿਸੇ ਇੱਕ ਮਿਸ਼ਨ ਦੇ ਵਿੱਚ ਲੱਗੇ ਹੋਵੋ, ਫਿਰ ਉਸ ਵਕਤ ਨਫੇ ਨੁਕਸਾਨ ਦੀ ਕਹਾਣੀ ਜਿਹੜੀ ਆ ਉਹ ਕਦੇ ਸਾਹਮਣੇ ਨਹੀਂ ਹੁੰਦੀ। ਭਾਈ ਵੀਰ ਸਿੰਘ ਜੀ ਦੇ ਇਹ ਦੋ ਬੋਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕਦ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਕਹਿੰਦੇ ਜਿਹੜੇ ਸੀਨੇ 'ਚ ਖਿੱਚ ਖਾ ਕੇ ਰੱਖਦੇ ਨੇ ਉਹਨਾਂ ਨੂੰ ਕਿਤੇ ਚੈਨ ਆਰਾਮ ਥੋੜ੍ਹਾ ਹੁੰਦਾ, ਉਹ ਤੇ ਦਿਨ ਰਾਤ ਚੱਲਦੇ, ਦਿਨ ਰਾਤ ਚੱਲਦੇ। ਭਾਈ ਲੱਖੀ ਸ਼ਾਹ ਬਣਜਾਰੇ ਨੇ ਸੋਚਿਆ ਵੀ ਜੇ ਮੈਂ ਹੁਣ ਸਾਰਾ ਸੰਸਕਾਰ ਕਰਾਂਗਾ ਤਾਂ ਪਤਾ ਲੱਗ ਜਾਏਗਾ। ਮੈਂ ਇਸ ਕਰਕੇ ਤੁਹਾਨੂੰ ਲੱਖੀ ਸ਼ਾਹ ਬਣਜਾਰੇ ਦੇ ਵਾਰਸ ਤੁਹਾਨੂੰ ਆਵਾਜ਼ ਦੇ ਕੇ ਆਖਣਾ ਚਾਹੁੰਦਾ, ਯਾਦ ਕਰੋ ਉਸ ਸੀਨ ਨੂੰ ਜਿਸ ਵਕਤ ਉਸ ਬੰਦੇ ਨੇ ਆਪਣੇ ਪੂਰੇ ਦੇ ਪੂਰੇ ਘਰ ਨੂੰ ਅੱਗ ਲਗਾਈ ਹੋਵੇਗੀ, ਆਪਣੇ ਪੂਰੇ ਘਰ ਨੂੰ ਅੱਗ ਲਗਾਈ ਹੋਵੇਗੀ। ਉਹਨੇ ਕਿਤੇ ਗੱਡੀਆਂ 'ਚ ਸਮਾਨ ਭਰ ਕੇ ਕਿਤੇ ਬਾਹਰ ਨਹੀਂ ਸੀ ਕੱਢਿਆ, ਪਹਿਲਾਂ ਵਕਤ ਕਿੱਥੇ ਸੀ, ਸਮਾਂ ਕਿੱਥੇ ਸੀ ਇਸ ਪ੍ਰਕਾਰ ਦਾ ਵੀ ਉਹ ਇਤਨਾ ਕੁਛ ਕਰ ਸਕਦਾ ਉਸ ਵੇਲੇ? ਧਿਆਨ ਦਿਓ ਜਰਾ ਉਸ ਸੀਨ ਨੂੰ। ਉਸਨੇ ਜਾਂਦਿਆਂ ਸਾਰ ਗੁਰੂ ਸਾਹਿਬ ਦਾ ਸੀ ਧੜ ਜਿਹੜਾ ਸੀ ਆਪਣੇ ਘਰ ਦੇ ਵਿੱਚ ਰੱਖਿਆ, ਸਾਰੇ ਘਰ ਨੂੰ ਅੱਗ ਲਗਾ ਦਿੱਤੀ।
ਤਾਂ ਕਿ ਕਿਸੇ ਨੂੰ ਇਹ ਸ਼ੱਕ ਨਾ ਹੋਵੇ ਵੀ ਇੱਥੇ ਧਨ ਦਾ ਸੰਸਕਾਰ ਕੀਤਾ ਗਿਆ। ਉਸ ਸਥਾਨ ਦੀ ਨਿਸ਼ਾਨਦੇਹੀ ਕਰਕੇ ਸਿੱਖ ਰਾਜ ਤੋਂ ਪਹਿਲੇ ਵਾਰੀ ਸਿੱਖ ਰਾਜ ਬਣਿਆ 1783 ਦੇ ਵਿੱਚ। ਬਘੇਲ ਸਿੰਘ ਜੀ ਨੇ ਜਿਸ ਨੂੰ ਦਿੱਲੀ ਫਤਿਹ ਕੀਤੀ ਹੈ, ਉਹਨਾਂ ਨੇ 1783 ਦੇ ਵਿੱਚ ਸਾਰੇ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਹਨਾਂ ਨੇ ਉਸ ਸਥਾਨ ਦੇ ਉੱਤੇ ਜਿੱਥੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਸੀ, ਉਹਨੇ ਉਹਦੇ ਵਿੱਚੋਂ ਕੁਝ ਅਸਥੀਆਂ ਇੱਕ ਗਾਗਰ ਵਿੱਚ ਪਾ ਕੇ ਉੱਥੇ ਹੀ ਦੱਬ ਦਿੱਤੀਆਂ ਸਨ ਆਪਣੇ ਘਰ ਦੇ ਵਿੱਚ, ਅਤੇ ਕੁਝ ਅਸਥੀਆਂ ਜਿਹੜੀਆਂ ਸਨ ਅਨੰਦਪੁਰ ਸਾਹਿਬ ਭੇਜ ਦਿੱਤੀਆਂ ਸਨ ਗੁਰੂ ਦਸਮ ਪਾਤਸ਼ਾਹ ਜੀ ਕੋਲ। ਭਾਈ ਬਘੇਲ ਸਿੰਘ ਜੀ ਨੇ 1783 ਦੇ ਵਿੱਚ ਜਿਸ ਵਕਤ ਸਿੱਖ ਰਾਜ ਕਾਇਮ ਕੀਤਾ, ਪਹਿਲੇ ਵਾਰੀ ਦਿੱਲੀ ਫਤਿਹ ਕੀਤੀ ਹੈ, ਤਾਂ ਉਸ ਵਕਤ ਸਾਰਿਆਂ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੇ ਉਸ ਸਥਾਨ ਦੇ ਉੱਤੇ ਰਕਾਬਗੰਜ ਸਾਹਿਬ ਦੇ ਨਾਮ ਦੇ ਨਾਲ ਗੁਰਦੁਆਰਾ ਉਸਾਰਨ ਕੀਤਾ। ਅੱਜ ਤੁਸੀਂ ਚਲੇ ਜਾਓ ਰਕਾਬਗੰਜ ਸਾਹਿਬ ਦੇ ਵਿੱਚ, ਲੱਖੀ ਸ਼ਾਹ ਵਣਜਾਰੇ ਦੇ ਨਾਮ ਦੇ ਨਾਲ ਤੁਹਾਨੂੰ ਬਹੁਤ ਵੱਡਾ ਦੀਵਾਨ ਘਰ ਮਿਲੇਗਾ, ਪਰ ਤੁਸੀਂ ਕਦੇ ਲੱਖੀ ਸ਼ਾਹ ਵਣਜਾਰੇ ਦਾ ਨਾਮ ਤਾਂ ਤੁਸੀਂ ਅੱਜ ਤੱਕ ਸੁਣਦੇ ਹੋ, ਸਾਰੇ ਦੁਨੀਆਂ ਰਹਿੰਦੇ ਤੱਕ ਸੁਣਿਆ ਸੁਣਦਾ ਰਹੇਗਾ, ਦੁਨੀਆਂ ਯਾਦ ਕਰੇਗੀ, ਪਰ ਤੁਸੀਂ ਇਹ ਤੇ ਨਹੀਂ ਆਖ ਸਕਦੇ ਕਿ ਉਸਨੇ ਕੁਛ ਨਹੀਂ ਕੀਤਾ ਤੇ ਐਵੇਂ ਹੋ ਗਿਆ ਸਭ ਕੁਛ, ਨਹੀਂ, ਉਸਨੇ ਆਪਾ ਵਾਰਿਆ ਆਪਣੇ ਗੁਰੂ ਤੋਂ, ਆਪਣੇ ਗੁਰੂ ਵਾਸਤੇ ਸਭ ਕੁਛ ਕੁਰਬਾਨ ਕਰ ਦਿੱਤਾ, ਆਪਣੇ ਗੁਰੂ ਦੇ ਲਈ ਆਪਣੀ ਹੋਂਦ ਖਤਮ ਕਰ ਦਿੱਤੀ। ਇਹ ਉਹ ਭਾਈ ਲੱਖੀ ਸ਼ਾਹ ਵਣਜਾਰਾ ਨੇ ਜਿਨ੍ਹਾਂ ਦੀ ਪੁੱਤਰੀ ਸੀਤੋ ਦਾ ਵਿਆਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਹੋਇਆ। ਇਸ ਕਰਕੇ ਇਤਿਹਾਸ ਦੇ ਪੱਤਰਿਆਂ ਨੂੰ ਕਿਸੇ ਕਿਸੇ ਵੇਲੇ ਖੋਲ੍ਹਣ ਦੀ ਕੋਸ਼ਿਸ਼ ਕੀਤਾ ਕਰੋ। ਮੈਂ ਬਹੁਤ ਵਾਰੀ ਆਪਣੇ ਦੀਵਾਨ 'ਚ ਇਹ ਗੱਲਾਂ ਕਹਿੰਦਾ ਰਹਿੰਦਾ ਹਾਂ ਕਿ ਸਾਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਨਾਵਾਕਫ ਰਹਿ ਕੇ ਅਸੀਂ ਐਵੇਂ ਰੁਣਦੇ ਖੁੱਲ੍ਹਦੇ ਕਿਉਂ ਫਿਰਦੇ ਹਾਂ, ਕਿਉਂਕਿ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ ਵੀ ਲਾਹਾ ਕੌਣ ਲੈਂਦੇ ਨੇ ਅਤੇ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਜਿਹਨਾਂ ਨੂੰ ਸੋਝੀ ਆਉਂਦੀ ਹੈ, ਇੱਕਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਬੇਪਰਵਾਹ, ਜਿਹਨਾਂ ਸੋਝੀ ਵਾਲੇ ਜਿਹੜੇ ਨੇ ਉਹ ਲਾਭ ਪ੍ਰਾਪਤ ਕਰਦੇ ਨੇ, ਜਿਹਨਾਂ ਨੂੰ ਸੋਝੀ ਨਹੀਂ ਆਉਂਦੀ ਉਹ ਕਹਿੰਦੇ ਨੇ ਜੀ ਕੀ ਕਰਨਾ ਜੀ ਕੀ ਲੈਣਾ ਜੀ ਕਿੱਥੇ ਆਇਆ ਜੀ ਕੀ ਹੋ ਗਿਆ ਜੀ, ਕੋਈ ਇਉਂ ਹੁੰਦਾ ਵੀ ਬਸ ਪਤਾ ਨਹੀਂ ਹੁਣੇ ਗਏ ਤਾਂ ਹੁਣੇ ਗਏ। ਇਸ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰੋ। ਮੈਂ ਅੱਗੇ ਵੀ ਉੱਥੇ ਵੀ ਮੈਂ ਗੱਲ ਇਹ ਕਹਿ ਕੇ ਆਇਆ ਹਾਂ, ਇਹ ਗੱਲ ਸੁਣਨ ਵਿੱਚ ਆਈ ਸੀ ਕੁਛ ਕਰਨੀ ਪਈ ਹੈ, ਕੁਝ ਵੀਰ ਕਹਿੰਦੇ ਨੇ ਜੀ ਅਸੀਂ ਪਰਮਜੀਤ ਸਿੰਘ ਅਜਰਾਵਤ ਜੀ ਦਾ ਅੰਤਮ ਅਰਦਾਸ ਦਾ ਦੀਵਾਨ ਅਸੀਂ ਕਰਾਂਗੇ। ਇਹ ਹੱਕ ਕੇਵਲ ਪਰਿਵਾਰ ਦਾ ਹੈ, ਪਰਿਵਾਰ ਦਾ ਹੱਕ ਪਰਿਵਾਰ ਦਾ ਰੱਖਣਾ ਹੁੰਦਾ ਹੈ, ਕੁਝ ਹੱਕ ਐਸੇ ਨੇ ਜਿਹੜੇ ਰੱਖਵੇਂ ਹੁੰਦੇ ਨੇ, ਇਹ ਪਰਿਵਾਰ ਦਾ ਉਹਨਾਂ ਦੇ ਬੱਚਿਆਂ ਦਾ ਇਹ ਰੱਖਵਾਂ ਹੱਕ ਹੈ, ਇਹ ਉਹਨਾਂ ਦਾ ਜਿੱਥੇ ਜੀ ਕਰੇ। ਮੇਰੀ ਜਦੋਂ ਵੀ ਡਾਕਟਰ ਹਰਭਜਨ ਸਿੰਘ ਜੀ ਨਾਲ ਗੱਲ ਹੋਈ ਅਤੇ ਮੈਂ ਉਹਨਾਂ ਨੂੰ ਇਹੋ ਹੀ ਸਲਾਹ ਦਿੱਤੀ, ਮੈਂ ਕਿਹਾ ਡਾਕਟਰ ਸਾਹਿਬ ਉਸ ਤੋਂ ਬਾਅਦ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਵੀ ਚਲੇ ਜਾਓ, ਮੈਂ ਨਹੀਂ ਤੁਹਾਨੂੰ ਕਹਾਂਗਾ ਕਿ ਤੁਸੀਂ ਇੱਥੇ ਆ ਕੇ ਸਾਡੇ ਕੋਲ ਅੰਤਮ ਅਰਦਾਸ ਦਾ ਦੀਵਾਨ ਕਰੋ। ਜਿੱਥੇ ਤੁਹਾਡਾ ਜੀ ਕਰਦਾ, ਜਿੱਥੇ ਤੁਹਾਡਾ ਮਨ ਕਰੇ, ਤੁਹਾਡਾ ਪਰਿਵਾਰ ਜਿੱਥੇ ਫੈਸਲਾ ਕਰੇ, ਉੱਥੇ ਜਾ ਕੇ ਤੁਸੀਂ ਅੰਤਮ ਅਰਦਾਸ ਦਾ ਦੀਵਾਨ। ਪਰ ਇਹ ਪਰਿਵਾਰ ਨੇ ਆਖਿਆ, ਕਹਿਣ ਲੱਗੇ ਨਹੀਂ, ਤੁਹਾਡੇ ਨਾਲ ਉਹਨਾਂ ਦਾ ਦਿਲੀ ਪ੍ਰੇਮ ਸੀ, ਇਸ ਕਰਕੇ ਅਸੀਂ ਇਹ ਸਮਾਗਮ ਇੱਥੇ ਹੀ ਕਰਨਾ ਚਾਹੁੰਦੇ ਹਾਂ। ਇਸ ਕਰਕੇ ਇਹ ਸਮਾਗਮ ਪਰਿਵਾਰ ਦਾ ਰਾਖਵਾਂ ਹੱਕ ਹੈ, ਇਸ ਹੱਕ ਦੇ ਉੱਤੇ ਕੋਈ ਬੰਦਾ ਛਾਪਾ ਮਾਰਨ ਦੀ ਕੋਸ਼ਿਸ਼ ਕਰੇ ਤੇ ਇਉਂ ਲੱਗਦਾ ਵੀ ਉਹ ਪਿਆਰ ਨਹੀਂ ਕਰਦਾ ਪਰਮਜੀਤ ਸਿੰਘ ਦੇ ਨਾਲ, ਉਹ ਅੰਦਰੋਂ ਕੋਈ ਹੋਰ ਰੋਚਦਾ ਹੈ। ਮੈਂ ਇਹ ਚਾਹੁੰਦਾ, ਮੈਂ ਉੱਥੇ ਵੀ ਇਹ ਲਫ਼ਜ਼ ਕਹੇ ਸਨ, ਜੇ ਦੁਆਕਿਆ ਹੀ ਪਰਮਜੀਤ ਸਿੰਘ ਜੀ ਦੇ ਡਾਕਟਰ ਪਰਮਜੀਤ ਸਿੰਘ ਜੀ ਦੇ ਖਿਆਲਾਂ ਦੇ ਨਾਲ ਤੁਸੀਂ ਸੰਮਤੀ ਰੱਖਦੇ ਹੋ, ਹਰ ਸ਼ਹਿਰ ਵਿੱਚ ਹੋਣਾ ਚਾਹੀਦਾ, ਹਰ ਗੁਰਦੁਆਰੇ ਵਿੱਚ ਉਹਦੀ ਯਾਦ ਹੋਣੀ ਚਾਹੀਦੀ ਹੈ। ਕਿਉਂ ਨਾ ਉਹਦੀ ਹਰ ਸ਼ਹਿਰ ਵਿੱਚ ਮਨਾਈ ਜਾਵੇ ਜਾਂ ਹਰ ਗੁਰਦੁਆਰੇ ਵਿੱਚ ਮਨਾਈ ਜਾਵੇ। ਇਸ ਕਰਕੇ ਅਸੀਂ ਗੁਰੂ ਸਾਹਿਬ ਤੋਂ ਸੇਧ ਲਈਏ, ਗੁਰਬਾਣੀ ਸਾਨੂੰ ਕੀ ਆਖਦੀ ਹੈ, ਕਹਿਣ ਨੂੰ ਬਹੁਤ ਕੁਝ ਹੈ। ਸਮੇਂ ਦੀ ਉਲੰਘਣਾ ਵੀ ਮੈਂ ਨਹੀਂ ਕਰਨਾ ਚਾਹੁੰਦਾ, ਸ਼ਬਦ ਦੀਆਂ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ। ਉਸ ਤੋਂ ਬਾਅਦ ਸਰਦਾਰ ਅਜੀਤ ਸਿੰਘ ਜੀ ਧਾਲੀਵਾਲ ਅਤੇ ਸਰਦਾਰ ਧਰਮ ਸਿੰਘ ਜੀ ਗੁਰਾਇਆ ਇਹ ਤੁਹਾਨੂੰ ਦੋ ਦੋ ਚਾਰ ਚਾਰ ਮਿੰਟ ਲਈ ਸੰਬੋਧਨ ਕਰਨਗੇ। ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਦੀਵਾਨ ਦੀ ਸਮਾਪਤੀ ਹੋਵੇਗੀ।
ਜੇ ਹੋਰ ਕੋਈ ਵਿੱਚੋਂ ਹੋਇਆ ਤਾਂ ਮੈਨੂੰ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਵੀਰੇ ਤੱਕ ਪਹੁੰਚਾ ਲੈਣ ਦੀ ਕਿਰਪਾਲਤਾ ਕਰਨਾ। ਮੈਂ ਇੱਕ ਵਾਰੀ ਤੁਹਾਡੇ ਨਾਲ ਸਾਰਿਆਂ ਨਾਲ ਮਿਲ ਕੇ ਇਹ ਪੰਕਤੀਆਂ ਫਿਰ ਦੁਬਾਰਾ ਪੜ੍ਹਨਾ ਚਾਹੁੰਦਾ ਅਤੇ ਆਸ ਕਰਦਾ ਹਾਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਪੰਕਤੀਆਂ ਤੁਹਾਨੂੰ ਮਿਲ ਜਾਣਗੀਆਂ, ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ ਪੜ੍ਹਨ ਵਿੱਚ। ਸਾਰੇ ਕਿਰਪਾਲਤਾ ਕਰਨਾ, ਇਹ ਪੰਕਤੀਆਂ ਸਾਰੇ ਮਿਲ ਕੇ ਪੜ੍ਹੀਏ। ਗੁਸਾਈ ਦਾ ਕੰਡ ਜਿਓ ਗੁਰ ਥਾਪੀ ਦਿੱਤੀ।